ਦੁਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸੇਰਾ ਪੈਲਸ ਨਜ਼ਦੀਕ ਕਿਸ਼ਨਗੜ੍ਹ ਵਿਖੇ ਇੱਕ ਮੀਟਿੰਗ ਰੱਖੀ ਗਈ, ਜਿਸ ਵਿੱਚ ਇਲਾਕੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਸਮੂਹ ਕਿਸਾਨ ਭਾਰੀ ਗਿਣਤੀ ਵਿੱਚ ਇਕੱਠੇ ਹੋਏ। ਮੀਟਿੰਗ ਵਿੱਚ ਕਿਸਾਨਾਂ ਵੱਲੋਂ ਗੰਨੇ ਦਾ ਪਿਛਲਾ ਬਕਾਇਆ ਨਾ ਮਿਲਣ ਸੰਬੰਧੀ ਅਤੇ ਕਿਸਾਨਾਂ ਦੀਆਂ ਖੇਤੀਬਾੜੀ ਸੰਬੰਧੀ ਹੋਰ ਸਮੱਸਿਆਵਾਂ ਬਾਰੇ ਗੱਲਬਾਤ ਕੀਤੀ ਗਈ, ਜਿਵੇਂ ਕਿ ਡੀਜ਼ਲ ਦਾ ਵਾਧਾ ਰੇਟ, ਖੇਤੀਬਾੜੀ ਨਾਲ ਸੰਬੰਧਿਤ ਕੀਟਨਾਸ਼ਕ ਖਾਦਾਂ ਦਵਾਈਆਂ ਦਾ ਵਾਧਾ ਰੇਟ ਅਤੇ ਸਰਕਾਰ ਵੱਲੋਂ ਫਸਲ ਦਾ ਰੇਟ ਨਹੀਂ ਵਧਾਇਆ ਜਾ ਰਿਹਾ, ਜਿਸ ਦੀ ਮਾਰ ਕਿ ਸਿੱਧੀ ਕਿਸਾਨ ਦੇ ਉੱਪਰ ਪੈ ਰਹੀ ਆ ਅਤੇ ਕਿਸਾਨੀ ਬਹੁਤ ਬੁਰੇ ਦੌਰ 'ਚ ਗੁਜ਼ਰ ਰਹੀ ਆ। ਕਿਸਾਨਾਂ ਵੱਲੋਂ ਡੀ ਸੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ, ਜੇਕਰ 15 ਅਗਸਤ ਤੱਕ ਕੋਈ ਸਰਕਾਰ ਇਸ ਸੰਬੰਧੀ ਫੈਸਲਾ ਨਹੀਂ ਲੈਂਦੀ ਤਾਂ ਕਿਸਾਨਾਂ ਵੱਲੋਂ ਬਹੁਤ ਵੱਡਾ ਜਿਹੜਾ ਆ ਸੰਘਰਸ਼ ਕੀਤਾ ਜਾਵੇਗਾ। ਅਤੇ ਕਿਸਾਨਾਂ ਵੱਲੋਂ ਜੋ ਦਿੱਲੀ ਵਿੱਚ ਕਿਸਾਨੀ ਧਰਨਾ ਲੱਗਾ ਹੈ, ਉਸ ਸੰਬੰਧੀ ਵੀ ਅੱਗੇ ਦੀ ਰਾਜਨੀਤੀ ਸੰਬੰਧੀ ਚਰਚਾਵਾਂ ਕੀਤੀਆਂ ਗਈਆਂ। ਬਿਊਰੋ ਰਿਪੋਰਟ ਗੁਰਪ੍ਰੀਤ ਪਾਲ ਅਤੇ ਸੁਰਜੀਤ ਪਾਲ, ਦੁਆਬਾ ਟਾਈਮਸ। ਅੱਜ ਦੁਆਬਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸੇਰਾ ਪੈਲਸ ਸਮਾਸਪੁਰ ਵਿਖੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਿਸਾਨੀ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਗੰਨੇ ਦੀ ਕੀਮਤ ਜੋ ਬਹੁਤ ਸਾਲਾਂ ਤੋਂ ਇੱਕੋ ਹੀ ਚੱਲਦੀ ਆ ਰਹੀ ਆ, ਬਾਕੀ ਸਟੇਟਾਂ ਸਾਡੇ ਨਾਲੋਂ ਅੱਗੇ ਰੇਟ ਜਿਨ੍ਹਾਂ ਦਾ ਬਹੁਤ ਵਧਾ ਦਿੱਤਾ ਗਿਆ, ਪਤਾ ਨਹੀਂ ਕੀ ਚੱਕਰ ਆ ਕਿ ਸੈਂਟਰ ਸਰਕਾਰ ਪੰਜਾਬ ਨੂੰ ਇਸ ਹੱਕ ਤੋਂ ਕਿਉਂ ਵਾਂਝਿਆਂ ਰੱਖ ਰਹੀ ਆ। ਇਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬਾਕੀ ਫਸਲਾਂ ਦੇ ਮੁੱਲਾਂ ਦਾ ਜਾਂ MSP ਦੀ ਗਰੰਟੀ ਬਾਰੇ ਵੀ DC ਸਾਹਿਬ ਨੂੰ ਮੰਗ ਪੱਤਰ ਦੇਣ ਲਈ ਪ੍ਰੋਗਰਾਮ ਬਣਾਇਆ ਗਿਆ। ਅਤੇ ਇੱਥੇ ਬਹੁਤ ਹੀ ਭਰਮਾ ਹੁੰਗਾਰਾ ਕਿਸਾਨਾਂ ਵੱਲੋਂ, ਮਜ਼ਦੂਰਾਂ ਵੱਲੋਂ, ਹਰੇਕ ਵਰਗ ਵੱਲੋਂ ਦਿੱਤਾ ਗਿਆ ਅਤੇ ਇਹ ਜੋ ਹੈ ਇੱਕ ਜਿੱਤ ਦੀ ਨਿਸ਼ਾਨੀ ਆ ਕਿ ਇਸ ਤਰ੍ਹਾਂ ਵੱਡੇ ਵੱਡੇ ਇਕੱਠ ਹੋਣ ਲੱਗ ਪਏ ਨੇ। ਅਤੇ ਮੈਂ ਉਹ ਦਿਨ ਦੂਰ ਨਹੀਂ ਜਦੋਂ ਇਸ ਤਰ੍ਹਾਂ ਸਾਰੇ ਜਾਣੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਗਏ ਤਾਂ ਅਸੀਂ ਜਲਦੀ ਹੀ ਦਿੱਲੀ ਤੋਂ ਜਿੱਤ ਪ੍ਰਾਪਤ ਕਰਕੇ ਵਾਪਸ ਪੰਜਾਬ ਆਵਾਂਗੇ। ਅਤੇ ਮੈਂ ਆਪਣੇ ਸਾਰੇ ਹੀ ਹਰੇਕ ਵਰਗ ਦੇ ਵੀਰਾਂ ਤੋਂ ਇਹੀ ਆਸ ਕਰਦਾ ਕਿ ਇਸੇ ਤਰ੍ਹਾਂ ਇਕੱਠ ਕਰਕੇ ਅਤੇ ਆਪਾਂ ਇਸ ਗੂੰਗੀ ਬੋਲੀ ਸਰਕਾਰ ਨੂੰ ਬੁਲਾਈਏ, ਜਗਾਈਏ ਅਤੇ ਆਪਣੇ ਹੱਕ ਲਈਏ। ਇਹ ਜਿਹੜੇ ਹੱਕ ਆ ਕਿਸੇ ਨੇ ਮੰਗਿਆ ਨਹੀਂ ਦੇਣੇ, ਇਹ ਜ਼ਬਰਦਸਤੀ ਹੀ ਲੈਣੇ ਪੈਣੇ। ਇਸ ਕਰਕੇ ਸਾਰੇ ਹੀ ਇੱਥੇ ਪੈਲਸ ਵਿਖੇ ਆਏ ਹੋਏ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਅੱਗੇ ਤੋਂ ਵੀ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਸਾਡੀ ਆਸ ਪੂਰੀ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਵਿਸ਼ੇਸ਼ ਤੌਰ 'ਤੇ ਜੋ ਗੰਨੇ ਦੇ ਭਾਅ ਵਧਾਉਣ ਦੇ ਲਈ ਸਾਡੀ ਦੁਆਬਾ ਕਿਸਾਨ ਸੰਘਰਸ਼ ਕਮੇਟੀ ਨੇ ਇੱਕ ਸੇਰਾ ਪੈਲਸ ਕਿਸ਼ਨਗੜ੍ਹ ਮੀਟਿੰਗ ਰੱਖੀ ਸੀ, ਜੋ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਕਿਸਾਨ ਵੀਰਾਂ ਦਾ, ਇਲਾਕਾ ਨਿਵਾਸੀਆਂ ਦਾ। ਇਸ ਮੀਟਿੰਗ ਨੂੰ ਅੱਜ ਇੱਕ ਰੈਲੀ ਦਾ ਰੂਪ ਦੇ ਦਿੱਤਾ ਗਿਆ। ਧੰਨਵਾਦ ਕਰਦੇ ਹਾਂ ਸਾਡਾ ਮੀਡੀਆ ਕਰਮੀਆਂ ਦਾ ਜਿਨ੍ਹਾਂ ਨੇ ਸਾਨੂੰ ਪੂਰੀ ਕਵਰੇਜ ਦਿੱਤੀ ਹੈ। ਧੰਨਵਾਦ ਕਰਦੇ ਹਾਂ ਸਾਡੇ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇੱਥੇ ਸਾਨੂੰ ਸਿਕਿਉਰਿਟੀ ਦਿੱਤੀ ਹੈ ਔਰ ਸਾਡੇ ਇਸ ਇਕੱਠ ਨੂੰ ਵਧੀਆ ਤਰੀਕੇ ਨਾਲ ਕਾਰਗਰ ਸਿੱਧ ਕੀਤਾ ਹੈ। ਔਰ ਅੱਜ ਸੰਯੁਕਤ ਮੋਰਚੇ ਨੇ ਜਿਸ ਤਰ੍ਹਾਂ ਸਾਨੂੰ ਕਿਹਾ ਸੀ ਉਸ ਤਰ੍ਹਾਂ ਅਸੀਂ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਤਾਂ ਕਿ ਜੋ ਗੰਨੇ ਦੇ ਭਾਅ ਨਹੀਂ ਵਧਾਏ ਜਾ ਰਹੇ ਸਰਕਾਰ ਵੱਲੋਂ ਔਰ ਬਕਾਇਆ ਰਾਸ਼ੀ ਨਹੀਂ ਜਾਰੀ ਕੀਤੀ ਜਾ ਰਹੀ, ਉਸ ਦੇ ਸੰਦਰਭ ਵਿੱਚ ਜੋ ਮਹਿੰਗਾਈ ਹੋ ਰਹੀ ਹੈ, ਜੋ ਸਾਡਾ ਤੇਲ ਡੀਜ਼ਲ ਸਭ ਮਹਿੰਗਾ ਕਰ ਦਿੱਤਾ ਗਿਆ ਹੈ, ਕਿਸਾਨੀ ਦਾ ਲੱਕ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ ਸੰਦਰਭ ਵਿੱਚ ਅੱਜ ਅਸੀਂ ਜੋ ਇਕੱਠ ਕੀਤਾ ਸੀ ਉਸ ਇੱਕ ਸਫਲਤਾਪੂਰਵਕ ਪ੍ਰੋਗਰਾਮ ਹੋਇਆ ਇਹ। ਔਰ ਧੰਨਵਾਦ ਕਰਦੇ ਹਾਂ ਇੱਕ ਵਾਰ ਫਿਰ ਸਾਰੇ ਹੀ ਇਲਾਕਾ ਨਿਵਾਸੀਆਂ ਦਾ ਕਿ ਜਦ ਵੀ ਸੰਯੁਕਤ ਮੋਰਚੇ ਦੀ ਕੋਈ ਕੌਲ ਹੋਵੇ ਔਰ ਦੁਆਬਾ ਕਿਸਾਨ ਸੰਘਰਸ਼ ਕਮੇਟੀ ਸਾਨੂੰ ਇਸ ਲਈ ਸੱਦਾ ਦੇਵੇ, ਇਸੇ ਤਰ੍ਹਾਂ ਭਰਪੂਰ ਜਿਵੇਂ ਅੱਜ ਜਥੇ ਲੈ ਕੇ ਆਏ ਨੇ ਵੱਖ ਵੱਖ ਪਿੰਡਾਂ ਤੋਂ, ਇਸੇ ਤਰ੍ਹਾਂ ਵਿੱਚ ਸ਼ਮੂਲੀਅਤ ਕਰਦੇ ਰਹੀਏ। ਬਹੁਤ ਬਹੁਤ ਧੰਨਵਾਦ। ਜੈ ਕਿਸਾਨ, ਜੈ ਜਵਾਨ, ਦੁਆਬਾ ਕਿਸਾਨ ਸੰਘਰਸ਼ ਕਮੇਟੀ ਜਿੰਦਾਬਾਦ। ਅੱਜ ਦੁਆਬਾ ਕਿਸਾਨ ਸੰਘਰਸ਼ ਕਮੇਟੀ ਕਿਸ਼ਨਗੜ੍ਹ ਦੀ ਜਿਹੜੀ ਇੱਕ ਮੀਟਿੰਗ ਸੇਰਾ ਪੈਲਸ ਦੇ ਵਿੱਚ ਕਿਸ਼ਨਗੜ੍ਹ ਵਿੱਚ ਹੀ ਹੋਈ ਹੈ, ਮੀਟਿੰਗ ਨਹੀਂ ਉਹ ਤਾਂ ਰੈਲੀ ਦਾ ਰੂਪ ਧਾਰਨ ਕਰ ਗਈ। ਇਹਦੇ ਵਿੱਚ ਮੇਨ ਮੁੱਦਾ ਸਾਡਾ ਸੀਗਾ ਕਿ 4 ਸਾਲ ਤੋਂ ਸਾਡੇ ਗੰਨੇ ਦਾ ਰੇਟ ਦਾ ਨਾ ਵਧਣਾ,
एक पासे सरकार डिवर्सिफिकेशन के नाँ पर एडा वड्डा मुद्दा बना रही है, इन्ना खर्चा कर रही है कि झोने कणक का बदल चाहिए, तो दूजे पासे ना तो साढ़े गन्ने का चार साल तो रेट बढ़िया, तो ना ही प्राइवेट के शुगर जिहड़ियां सहकारी मिल आ उन्होंने उत्तों पिछले साल की साड़ी पेमेंट हुई आ। एक फगवाड़ा मिल जी तो यहोजी आ कि जिन्हें तीन साल तो भी गन्ने की पेमेंट नहीं की, जबकि शुगर फैड का एक्ट आ कि फार्मर 14 दिन के अंदर अंदर जी गन्ने की पेमेंट करनी है, जेकर पेमेंट नहीं करते तो 15% के हिसाब से इंट्रस्ट देना हों। इस करके अज बड़े लैवल से असी 71 तक करके इस गल का निर्णय लिया कि 15 अगस्त तक सरकार नूं अल्टीमेटम दिता, जेकर सरकार साडे रेट विच जिन्ना वाधा सी मंगिया वह करती आ, तो साडी जिहड़ी पहली पेमेंट आ मिलां विच फसी हुई वह सानू रिलीज कराउंदी आ, तो ठीक आ, नहीं तो 16 या 17 नूं समूह पंजाब दीआं किसान जथेबंदियां दा इकत्तर करके इस महीने दे विच वड्डे लैवल का धरना लाया जाऊगा, जिहड़ा कि अणमिथे समें लई लाया जाऊगा, और जब तक साडे दो मसले सोल्व नहीं गन्ने दे हुंदे तद तक असी उठांगे नहीं रोड दे उत्तों। इनिया गल्ला कहिंदा कि वाहिगुरू जी का खालसा वाहिगुरू जी जिंदाबाद मुर्दाबाद। क्योंकि अच्छ आप इतने एक कोई अपनी शक्ति प्रदर्शन नहीं या कोई इकट्ठ करने नहीं कटे हुए, आप सिर्फ के सिर्फ विचार करा जो कि अपना मुद्दा है किसानी का मुद्दा, जो महंगाई का मुद्दा, जो गन्ने की बकाया राशि का मुद्दा, उस उपर आप अब सारे किसान विचार करने इकट्ठे हुए हैं। सारे बेनती है कि मेरा कोई भी वीर जे अपने विचार स्टेज पर रखना चाहता तो वो जरूर रखे, क्यों तो